ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਰਜਿੰਦਰ ਕੌਰ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨੇ ਹਾਂ ਕੁਝ ਨਵੇਂ ਪੈਰੀ ਅੱਖਰ। ਪੈਰੀ ਅੱਖਰ ਮਤਲਬ ਉਹ ਅੱਖਰ ਜੋ ਕਿਸੇ ਵੀ ਹੋਰ ਅੱਖਰ ਦੇ ਪੈਰ ਦੇ ਵਿੱਚ ਲੱਗਦੇ ਆ, ਹਾਲਾਂਕਿ ਇਹ ਵੀ ਅੱਧੇ ਅੱਖਰ ਹੁੰਦੇ ਆ ਜੋ ਕਿ ਕਿਸੇ ਅੱਖਰ ਤੋਂ ਪਹਿਲਾਂ ਜਾਂ ਬਾਅਦ 'ਚੋਂ ਲੱਗਦੇ ਆ, ਪਰ ਇਹਨਾਂ ਨੂੰ ਅਸੀਂ ਪੈਰੀ ਅੱਖਰ ਕਹਿੰਦੇ ਹਾਂ। ਪੈਰੀ ਅੱਖਰ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਅੱਧਾ ਹਾਹਾ ਅਤੇ ਅੱਧਾ ਰਾਰਾ। ਠੀਕ ਹੈ, ਇਹ ਇਹਨਾਂ ਨੂੰ ਆਪਾਂ ਇਸਤੇਮਾਲ ਕਿਵੇਂ ਕਰਨਾ, ਬਣਾਉਣਾ ਕਿਵੇਂ ਹੈ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਬਾਰੇ ਗੱਲ ਕਰਾਂਗੇ। ਅਤੇ ਇਸੇ ਦੇ ਨਾਲ ਅਸੀਂ ਸਿਰਜਾਂਗੇ ਕੁਝ ਨਵੇਂ ਸ਼ਬਦ ਕਿ ਜਿਨ੍ਹਾਂ ਦੀ ਜਿਹੜੀ ਸਾਊਂਡ ਹੈ ਉਹ ਬਾਕੀ ਸ਼ਬਦਾਂ ਨਾਲੋਂ ਥੋੜ੍ਹੀ ਜਿਹੀ ਅਲੱਗ ਹੈ। ਹਾਲਾਂਕਿ ਉਸੇ ਤਰ੍ਹਾਂ ਦੇ ਅੱਖਰ ਅਸੀਂ ਹੋਰ ਵੀ ਲਿਖਦੇ ਹਾਂ, ਪਰ ਇਹਨਾਂ ਦੀ ਸਾਊਂਡ ਅਲੱਗ ਦੇ ਨਾਲ ਹੋਣ ਕਰਕੇ ਇਹਨਾਂ ਦਾ ਅਰਥ ਜਿਹੜਾ ਉਹ ਵੀ ਬਦਲ ਜਾਂਦਾ। ਅਤੇ ਆਓ ਫਿਰ ਦੇਖੀਏ ਕਿਹੜੇ ਨੇ ਅੱਖਰ। ਆ ਜਾਓ, ਇਹਨਾਂ ਨੂੰ ਆਪਾਂ ਪੈਰੀ ਅੱਖਰ ਕਹਿੰਦੇ ਹਾਂ। ਠੀਕ ਹੈ, ਪੈਰੀ ਅੱਖਰ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦਾ ਹਾਹਾ, ਅੱਧਾ ਹਾਹਾ, ਜਿਹਨੂੰ ਆਪਾਂ ਲਾ ਲਓ ਅੜਾਰੇ ਦੇ ਥੱਲੇ ਲਾ ਸਕਦੇ ਹਾਂ। ਠੀਕ ਹੈ, ਅਤੇ ਇੱਕ ਹੁੰਦਾ ਰਾਰਾ, ਮੰਨ ਲਓ ਮੈਂ ਪੋਪੇ ਥੱਲੇ ਰਾਰਾ ਪਾਉਣਾ। ਇਹ ਛੋਟੀ ਜਿਹੀ ਜਿਵੇਂ ਆਪਾਂ ਊ ਦੀ ਮਾਤਰਾ ਪਾਉਂਦੇ ਹਾਂ ਉਸੇ ਤਰ੍ਹਾਂ ਦਾ ਰਾਰਾ ਪੈਂਦਾ। ਠੀਕ ਹੈ, ਛੋਟੇ ਵੱਡੇ ਊ ਦੀ ਜਿਹੜੀ ਮਾਤਰਾ ਹੁੰਦੀ ਹੈ ਹਿੰਦੀ ਦੇ ਵਿੱਚ, ਉਸੇ ਤਰ੍ਹਾਂ ਜਿਹੜਾ ਉਹ ਰਾਰਾ ਪੈਂਦਾ। ਇਹਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਰਾਰਾ, ਅੱਧਾ ਰਾਰਾ ਅਤੇ ਅੱਧਾ ਹਾਹਾ। ਠੀਕ ਹੈ, ਹਾਹੇ ਲਈ ਮੈਂ ਵਰਤਿਆ ਸੀ ਰਾਰਾ, ਅਤੇ ਇਹਦੇ ਲਈ ਮੈਂ ਵਰਤਿਆ ਸੀ ਪੱਪਾ। ਠੀਕ ਹੈ, ਹੁਣ ਅਸੀਂ ਦੇਖਦੇ ਹਾਂ ਕਿ ਕਿਹੜੇ ਕਿਹੜੇ ਸ਼ਬਦ ਜਿਹੜੇ ਆ ਉਹ ਰਾਰੇ ਨਾਲ ਬਣਨਗੇ, ਕਿ ਪੈਰੀ ਅੱਖਰ ਦੇ ਤੌਰ 'ਤੇ ਜਦ ਰਾਰਾ ਅਸੀਂ ਵਰਤਦੇ ਹਾਂ ਤਾਂ ਕਿਵੇਂ ਇਸਤੇਮਾਲ ਹੁੰਦਾ। ਤੁਸੀਂ ਅੱਧਾ ਰਾਹ ਜਿਹੜਾ ਉਹ ਹਿੰਦੀ ਦੇ ਵਿੱਚ ਵੀ ਦੇਖਿਆ ਹੋਏਗਾ। ਮੰਨ ਲਓ ਮੈਂ ਲਿਖਦੀ ਹਾਂ ਪ੍ਰਸ਼ਨ, ਇਹ ਹਿੰਦੀ ਦੇ ਵਿੱਚ ਹੈ। ਆਹ ਜਿਹੜਾ ਹਿੰਦੀ ਦਾ ਅੱਧਾ ਰਾਰਾ ਹੈ, ਇਸੇ ਰਾਰੇ ਨੂੰ ਅਸੀਂ ਇੱਥੇ ਇਸਤੇਮਾਲ ਕੀਤਾ। ਠੀਕ ਹੈ, ਅਤੇ ਚਲੋ ਫਿਰ ਪੰਜਾਬੀ ਦੇ ਵਿੱਚ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਪਹਿਲਾ ਅੱਖਰ ਮੈਂ ਪੱਪੇ ਤੋਂ ਹੀ ਲੈ ਲੈਂਦੀ ਹਾਂ, ਪ੍ਰਸ਼ਨ। ਪ੍ਰਸ਼ਨ ਯਾਨੀ ਕਿ ਕੁਐਸਚਨ। ਠੀਕ ਹੈ, ਇੱਥੇ ਤੁਸੀਂ ਯਾਦ ਰੱਖਣਾ ਇਹ ਜਿਹੜਾ ਰਾਰਾ ਹੈ ਤੁਹਾਡਾ ਛੋਟਾ ਬਣਾਉਣਾ, ਜ਼ਿਆਦਾ ਵੱਡਾ ਨਾ ਹੋਵੇ। ਠੀਕ ਹੈ, ਵੱਡੇ ਉਹਦੀ ਜਿਵੇਂ ਮਾਤਰਾ ਪੈਂਦੀ ਹੈ ਉਸੇ ਤਰ੍ਹਾਂ ਇਹ ਰਾਰਾ ਪਏਗਾ। ਇਹਨੂੰ ਤੁਸੀਂ ਬਾਰ ਬਾਰ ਲਿਖ ਕੇ ਇਹਦੀ ਪ੍ਰੈਕਟਿਸ ਕਰ ਲੈਣੀ ਹੈ। ਦੂਸਰਾ ਅੱਖਰ ਜਿਹੜਾ ਉਹ ਪੈਰੀ ਅੱਖਰ ਜਿਹੜਾ ਰਾਰਾ ਉਹਦੇ ਨਾਲ ਮੈਂ ਲਿਖਦੀ ਹਾਂ ਅੰਮ੍ਰਿਤਸਰ। ਅੰਮ੍ਰਿਤਸਰ, ਅਤੇ ਜਿਹੜੇ ਅੱਖਰ ਤੋਂ ਬਾਅਦ ਅੱਧਾ ਰਾਰਾ ਆਉਣਾ ਉਹਦੇ ਥੱਲੇ ਤੁਸੀਂ ਰਾਹ ਪਾਓਗੇ। ਠੀਕ ਹੈ, ਜਿਹੜੇ ਅੱਖਰ ਤੋਂ ਬਾਅਦ ਅੱਧਾ ਰਾਰਾ ਆਉਣਾ ਉਸ ਅੱਖਰ ਦੇ ਉੱਤੇ ਤੁਸੀਂ ਅੱਧਾ ਰਾਰਾ ਉਹਦੇ ਥੱਲੇ ਪਾਉਣਾ। ਠੀਕ ਹੈ, ਫਿਰ ਅਸੀਂ ਲਿਖਦੇ ਹਾਂ ਜੀ ਸ਼੍ਰੀਮਾਨ। ਸ਼੍ਰੀਮਾਨ, ਸ਼ਸ਼ੇ ਦੇ ਥੱਲੇ, ਸ਼ਸ਼ੇ ਦੇ ਪੈਰ 'ਚ ਰਾਰਾ, ਬਿਹਾਰੀ, ਮੰਮਾ, ਕੰਨਾ, ਨੰਨਾ। ਸ਼੍ਰੀਮਾਨ ਯਾਨੀ ਮਿਸਟਰ ਔਰ ਸਰ। ਠੀਕ ਹੈ, ਫਿਰ ਸ਼੍ਰੀਮਤੀ, ਇਹ ਅਸੀਂ ਜ਼ਿਆਦਾਤਰ ਜਿਵੇਂ ਕੋਈ ਫੋਰਮਲ ਲੈਟਰ ਲਿਖਦੇ ਆ ਉੱਥੇ ਇਸਤੇਮਾਲ ਕਰਦੇ ਹਾਂ ਦੋਨੋਂ ਲਫ਼ਜ਼। ਸ਼੍ਰੀਮਤੀ, ਮੈਮ, ਮੈਡਮ, ਕੁਛ ਵੀ ਕਹਿ ਸਕਦੇ ਹੋ। ਫਿਰ ਅੱਖਰ ਬਣਦਾ ਸਾਡਾ ਪ੍ਰਗਟ। ਪ੍ਰਗਟ ਹੋਣਾ, ਅਪੀਅਰ, ਉਹ ਮੇਰੇ ਸਾਹਮਣੇ ਅਚਾਨਕ ਹੀ ਪ੍ਰਗਟ ਹੋ ਗਿਆ, ਹੀ ਸਡਨਲੀ ਅਪੀਅਰਸ ਇਨ ਫਰੰਟ ਆਫ ਮੀ। ਫਿਰ ਅਸੀਂ ਕਹਿੰਦੇ ਹਾਂ ਦ੍ਰੌਪਦੀ। ਦ੍ਰੌਪਦੀ, ਦ੍ਰੌਪਦੀ, ਦ੍ਰੌਪਦੀ ਜਿਹੜੀ ਆ ਉਹ ਮਹਾਭਾਰਤ ਦਾ ਇੱਕ ਕਰੈਕਟਰ ਹੈ, ਉਹ ਪਾਂਡੂਆਂ ਦੀ ਪਤਨੀ ਸੀ। ਅਤੇ ਦ੍ਰੌਪਦੀ ਜਿਹੜਾ ਇੱਕ ਨਾਮ ਹੈ, ਇਹ ਕੋਈ ਲਫ਼ਜ਼ ਨਹੀਂ ਹੈ, ਇਹ ਨਾਮ ਹੈ, ਇੱਕ ਮਿਥੀਕਲ ਨਾਮ ਜਿਹਨੂੰ ਕਿ ਤੁਸੀਂ ਸਾਰੇ ਜਾਣਦੇ ਹੋ। ਠੀਕ ਹੈ, ਦ੍ਰੌਪਦੀ ਦਾ ਜਿਹੜਾ ਚੀਰਹਰਣ ਹੋਇਆ
ਉਹਦੇ ਪਿੱਛੇ ਇੱਕ ਬਹੁਤ ਵੱਡਾ ਯੁੱਧ ਹੋਇਆ ਜਿਹਨੂੰ ਅਸੀਂ ਮਹਾਭਾਰਤ ਕਹਿੰਦੇ ਹਾਂ। ਅਤੇ ਮਹਾਭਾਰਤ ਜਿਹੜਾ ਹਿੰਦੂਆਂ ਦਾ ਇੱਕ ਧਾਰਮਿਕ ਗ੍ਰੰਥ ਵੀ ਹੈ, ਹਾਲਾਂਕਿ ਇਹ ਮਾਨਤਾ ਵੀ ਘਰ ਦੇ ਵਿੱਚ ਮਹਾਭਾਰਤ ਨਹੀਂ ਰੱਖਣੀ ਚਾਹੀਦੀ, ਨਹੀਂ ਤਾਂ ਲੜਾਈ ਹੋ ਜਾਂਦੀ। ਬਟ ਸਟਿਲ ਮਹਾਭਾਰਤ ਜਿਹੜਾ ਉਹ ਹਿੰਦੂਆਂ ਦਾ ਇੱਕ ਗ੍ਰੰਥ ਹੈ ਅਤੇ ਉਹਦੇ ਵਿੱਚ ਇੱਕ ਮਿਥੀਕਲ ਕਰੈਕਟਰ ਆ ਦ੍ਰੌਪਦੀ। ਠੀਕ ਹੈ, ਫਿਰ ਆਪਾਂ ਗੱਲ ਕਰਦੇ ਹਾਂ ਸੰਸਕ੍ਰਿਤ। ਸੰਸਕ੍ਰਿਤ ਤੁਸੀਂ ਸਾਰੇ ਜਾਣਦੇ ਹੋ, ਸਭ ਤੋਂ ਪੁਰਾਣੀ ਜਿਹੜੀ ਭਾਸ਼ਾ ਹੋਈ ਹੈ ਉਹ ਸੰਸਕ੍ਰਿਤ ਹੈ। ਸੰਸਕ੍ਰਿਤ ਦੇ ਵਿੱਚੋਂ ਹੀ ਜਿਹੜੀਆਂ ਭਾਸ਼ਾਵਾਂ ਉਹ ਅੱਗੇ ਨਿਕਲੀਆਂ, ਜਿਨ੍ਹਾਂ ਨੂੰ ਅਸੀਂ ਪ੍ਰਾਕ੍ਰਿਤ ਕਹਿੰਦੇ ਹਾਂ, ਫਿਰ ਅਪਭ੍ਰੰਸ਼ ਹੋਈਆਂ ਅਤੇ ਫਿਰ ਉਹ ਮਾਡਰਨ ਬਣੀਆਂ। ਇਹ ਥੋੜ੍ਹੀ ਜਿਹੀ ਲੈਂਗੁਏਜ ਦੀ ਜਿਹੜੀ ਹਿਸਟਰੀ ਆ ਉਹ ਮੈਂ ਇਸ ਲਈ ਦੱਸੀ ਹੈ ਕਿਉਂਕਿ ਇਹ ਅਸੀਂ ਇੱਕ ਲੈਂਗੁਏਜ ਪੜ੍ਹ ਰਹੇ ਹਾਂ, ਪੰਜਾਬੀ ਜਿਹੜੀ ਹੈ ਇੱਕ ਮਾਡਰਨ ਇੰਡੀਅਨ ਲੈਂਗੁਏਜ ਹੈ। ਠੀਕ ਹੈ, ਇਸ ਤੋਂ ਪਹਿਲਾਂ ਜਿਹੜੀਆਂ ਭਾਸ਼ਾਵਾਂ ਹੋਈਆਂ, ਸਭ ਤੋਂ ਪਹਿਲਾਂ ਆਉਂਦੀ ਹੈ ਸੰਸਕ੍ਰਿਤ, ਸੰਸਕ੍ਰਿਤ ਤੋਂ ਬਾਅਦ ਫਿਰ ਪ੍ਰਾਕ੍ਰਿਤ ਆਈਆਂ, ਪ੍ਰਾਕ੍ਰਿਤ ਤੋਂ ਬਾਅਦ ਅਪਭ੍ਰੰਸ਼ ਜਿਹੜੀ ਲੈਂਗੁਏਜਿਸ ਆਈਆਂ ਅਤੇ ਉਹਨਾਂ ਅਪਭ੍ਰੰਸ਼ ਜਿਹੜੀਆਂ ਲੈਂਗੁਏਜਿਸ ਨੇ ਉਹਨਾਂ ਤੋਂ ਸਾਡੀਆਂ ਮਾਡਰਨ ਇੰਡੀਅਨ ਲੈਂਗੁਏਜਿਸ ਜਿਹੜੀਆਂ ਮਾਡਰਨ ਲੈਂਗੁਏਜਿਸ ਆ ਉਹ ਉਭਾਰ ਆਈਆਂ। ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿਉਂਕਿ ਜਿਹੜੀ ਲੈਂਗੁਏਜ ਦੀ ਹਿਸਟਰੀ ਹੈ ਉਹ ਇੱਕ ਲੈਂਗੁਏਜ ਪੜ੍ਹਨ ਵਾਲੇ ਬੱਚੇ ਨੂੰ ਜ਼ਰੂਰ ਆਉਣੀ ਚਾਹੀਦੀ ਹੈ। ਅਤੇ ਹੁਣ ਆਪਾਂ ਜਿਹੜੇ ਅਗਲੇ ਅੱਖਰ ਲਿਖ ਰਹੇ ਹਾਂ ਉਹ ਹੈਗੇ ਆ, ਬੜਾ ਸੋਹਣਾ ਅੱਖਰ ਹੈ ਇਹ ਤ੍ਰੇ। ਤ੍ਰੇ ਉਸ ਜਿਹਨੂੰ ਕਹਿੰਦੇ ਨੇ ਨਾ ਸਵੇਰੇ ਜਦੋਂ ਅਸੀਂ ਉੱਠਦੇ ਹਾਂ, ਜੇ ਅਸੀਂ ਅਰਲੀ ਮਾਰਨਿੰਗ ਇਫ ਯੂ ਆਰ ਅਰਲੀ ਰਾਈਜ਼ਰ, ਠੀਕ ਹੈ, ਸਵੇਰੇ ਜਲਦੀ ਉੱਠਦੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਪੇੜ ਪੌਦੇ ਹੁੰਦੇ ਆ ਉਹਨਾਂ ਦੀ ਜਿਹੜੀਆਂ ਪੱਤੀਆਂ ਹੁੰਦੀਆਂ ਹੈ ਨਾ, ਜਾਂ ਜਿਹੜੇ ਫਲਾਵਰਸ ਹੁੰਦੇ ਆ, ਫੁੱਲ ਹੁੰਦੇ ਆ, ਉਹਨਾਂ ਦੇ ਉੱਤੇ ਨਾ ਬਹੁਤ ਛੋਟੀ ਛੋਟੀਆਂ ਪਾਣੀ ਦੀਆਂ ਬੂੰਦਾਂ ਤੁਸੀਂ ਦੇਖੋਗੇ, ਉਹਨਾਂ ਨੂੰ ਆਪਾਂ ਮਿਸਟ ਵੀ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ, ਉਹ ਹੁੰਦੀ ਹੈ ਤ੍ਰੇਲ। ਠੀਕ ਹੈ, ਫਿਰ ਆਪਾਂ ਗੱਲ ਕਰਦੇ ਹਾਂ ਜੀ ਅਗਲਾ ਅੱਖਰ ਹੈਗਾ ਪ੍ਰਕਾਸ਼। ਪ੍ਰਕਾਸ਼ ਮਤਲਬ ਰੋਸ਼ਨੀ, ਲਾਈਟ। ਠੀਕ ਹੈ, ਫਿਰ ਤੁਸੀਂ ਲਿਖ ਸਕਦੇ ਹੋ ਪ੍ਰਧਾਨ। ਪ੍ਰਧਾਨ ਪ੍ਰਧਾਨ ਮੰਤਰੀ ਜਿਹਨੂੰ ਅਸੀਂ ਕਹਿੰਦੇ ਹਾਂ, ਪ੍ਰਾਈਮ ਮਿਨਿਸਟਰ। ਕਿਸੇ ਵੀ ਫੀਲਡ ਦੇ ਵਿੱਚ ਜਿਹੜਾ ਬੰਦਾ ਪ੍ਰਾਈਮ ਪੋਸਟ 'ਤੇ ਹੈ ਉਹਨੂੰ ਪ੍ਰਧਾਨ ਕਿਹਾ ਜਾਂਦਾ। ਠੀਕ ਹੈ, ਸਭ ਤੋਂ ਉੱਚੀ ਪੋਸਟ। ਫਿਰ ਹੁਣ ਮੈਂ ਥੋੜ੍ਹਾ ਜਿਹਾ ਹਾਹੇ ਵੱਲ ਜਾਂਦੀ ਹਾਂ। ਦੋ ਤਿੰਨ ਅੱਖਰ ਅਸੀਂ ਪੈਰੀ ਜਿਹੜਾ ਹਾਹਾ ਪੈਂਦਾ ਉਹਦੇ ਕਰਾਂਗੇ। ਹਾਲਾਂਕਿ ਇਹਦੀ ਵਰਤੋਂ ਜਿਹੜੀ ਹੈ ਹੁਣ ਬਹੁਤ ਘੱਟ ਆ, ਬੱਚਿਆਂ ਨੂੰ ਬਹੁਤ ਘੱਟ ਪਤਾ ਵੀ ਪੈਰੀ ਹਾਹਾ ਵੀ ਪੈਂਦਾ। ਛੋਟਾ ਜਿਹਾ ਹਾਹਾ ਜਿਹੜਾ ਪੈਰੀ ਅੱਖਰ ਦੇ ਤੌਰ 'ਤੇ ਤੁਸੀਂ ਵਰਤੇ, ਇਹ ਜਿਹੜਾ ਹਾਹਾ ਹੈ ਇਹ ਸਾਊਂਡ ਨੂੰ ਥੋੜ੍ਹਾ ਬਦਲਦਾ। ਲਾਈਕ ਮੈਂ ਤੁਹਾਨੂੰ ਕਹਾਂ ਚੰਡੀਗੜ੍ਹ, ਗੜ੍ਹ ਦੇ ਵਿੱਚ ਹਾਹਾ ਥੋੜ੍ਹਾ ਜਿਹਾ ਸਾਊਂਡ ਜਿਹੜੀ ਹਾਹੇ ਦੀ ਆਉਂਦੀ ਆ, ਅਤੇ ਜੇ ਅਸੀਂ ਹਾਹੇ ਦੀ ਸਾਊਂਡ ਹਟਾ ਦਈਏ ਤਾਂ ਚੰਡੀਗੜ੍ਹ, ਜਿਹੜਾ ਚੰਡੀਗੜ੍ਹ ਹੈ ਉਹ ਹਿੰਦੂ ਲਾਈਕ ਹਿੰਦੀ ਟੋਨ ਦਿੰਦਾ। ਜੇ ਅਸੀਂ ਚੰਡੀਗੜ੍ਹ ਕਹਿੰਦੇ ਹਾਂ, ਗੜ੍ਹ ਜਿਹੜਾ ਉਹ ਗੜ੍ਹ ਦੇ ਵਿੱਚ ਹਾਹੇ ਦੀ ਥੋੜ੍ਹੀ ਜਿਹੀ ਸਾਊਂਡ ਮਿਕਸ ਹੋ ਕੇ ਆਉਂਦੀ ਹੈ, ਉਹ ਜਿਹੜਾ ਅਸਲੀ ਜਿਹੜਾ ਤੁਹਾਡਾ ਐਕਸੈਂਟ ਆ ਉੱਥੋਂ ਪਤਾ ਲੱਗਦਾ। ਠੀਕ ਹੈ, ਅਤੇ ਉਹਦੇ ਲਈ ਇਹ ਜਿਹੜੇ ਅੱਖਰ ਪੈਰੀ ਅੱਖਰ ਆ ਇਹ ਵਰਤੇ ਜਾਂਦੇ ਆ, ਅਤੇ ਇਹਨਾਂ ਦਾ ਜਿਹੜਾ ਯੂਜ਼ ਆ ਉਹ ਸਾਨੂੰ ਜ਼ਰੂਰ ਆਉਣਾ ਚਾਹੀਦਾ। ਜਿਹੜੀ ਸਾਊਂਡ ਆ, ਜਿਹੜਾ ਐਕਸੈਂਟ ਆ ਉਹ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਠੀਕ ਹੈ, ਚੰਡੀਗੜ੍ਹ, ਗੜ੍ਹ ਦੇ ਵਿੱਚ ਹਾਹੇ ਦੀ ਸਾਊਂਡ ਜਿਹੜੀ ਆ ਉਹ ਰਾੜੇ ਤੋਂ ਪਹਿਲਾਂ ਹੁੰਦੀ ਹੈ, ਇਸ ਲਈ ਗੜ੍ਹ। ਠੀਕ ਹੈ, ਫਿਰ ਅਸੀਂ ਚੰਡੀਗੜ੍ਹ ਜਿਹੜੀ ਆ ਉਹ ਸਿਟੀ ਆ, ਜਿਹੜੀ ਆ ਇੱਕ ਯੂਨੀਅਨ ਟੈਰੀਟਰੀ ਵੀ ਆ ਇੰਡੀਆ ਦੇ ਵਿੱਚ, ਅਤੇ ਇਹ ਜਿਹੜੀ ਆ ਹਰਿਆਣਾ ਦੀ ਜਿਹੜੀ ਆ ਪੰਜਾਬ ਅਤੇ ਹਰਿਆਣਾ ਦੋਨੋਂ ਸਿਟੀਜ਼ ਦੀ ਕਾਮਨ ਕੈਪੀਟਲ ਆ। ਠੀਕ ਹੈ, ਫਿਰ ਆਪਾਂ ਕਹਿੰਦੇ ਹਾਂ ਗਾਲੜ। ਗਾਲੜ ਜਿਹੜਾ ਲਫਜ਼ ਹੈ ਇਹਦਾ ਮਤਲਬ ਹੈਗਾ ਗੱਲਾਂ ਕਰਨ ਵਾਲਾ, ਉਹ ਵਿਅਕਤੀ, ਉਹ ਇਨਸਾਨ ਜੋ ਬਹੁਤ ਗੱਲਾਂ ਕਰਦਾ ਉਹਨੂੰ ਅਸੀਂ ਗਾਲੜ ਕਹਿੰਦੇ ਹਾਂ। ਇਹ ਤੁਸੀਂ ਦੇਖੋਗੇ ਕਿਤੇ ਕਿਤੇ ਜਿਹੜਾ ਹਾਹਾ ਹੈ ਨਾ ਇਹ ਛੋਟਾ ਜਿਹਾ ਉਲਟਾ ਚੰਦ ਜਿਹੜਾ ਬਣਿਆ ਹੁੰਦਾ ਕਿਤੇ ਕਿਤੇ,
हालांकि सही जड़ा लिखा जाता इस तरह लिखा जाता। फिर अपन लिखते हैं वरा, वरा वरा मतलब ईयर, किन्ने वरे हो गए असि अपने मापिया नहीं मिले, वरा मतलब ईयर। ठीक है, फिर चिन्ह, चिन्ह चिन्ह मतलब निशान। पहला जड़ी पंजाबी होंगी सी वो असी वरते सी चिहन, ते चिहन जड़ा छोटा होके चिन्ह हो गया, ते वो जड़ा हाहा है वो छोटा हाहा बन के पैर च लग गया। ठीक है, ते ए हो अखर जड़े सी पैरी अखर यानी हदे रारे ते अदे हाहे नाल बनाए ने। इन्हां सारे अखरां तुसी बड़ी संजीदगी दे नाल, बड़ी सीरियसनैस दे नाल सीखना आ, ते इन्हां दी जिहड़ी साउंड आ ओह साउंड तुहानू आनी बहुत जरूरी है, उही तुहाडा रियल एक्सेंट जिहड़ा पंजाबी दा ओह तुहाडे विच डिवेलप होना जिहड़ा ओह लाजमी है। क्यों? क्योंकि साडी जिहड़ी बोली दा तरीका, जो जिहड़ा साडा बोलन दा तरीका, जिहड़ा साडा एक्सेंट आ, ओह सानू लोकां तों वख करदा। ते मैनू लगता जब तक असी प्रॉपर एक्सेंट दे विच कोई भी लैंग्वेज नहीं बोलते वो मैनू लगता वो सीखने का कोई फायदा नहीं, चाहे वह अंग्रेजी है, चाहे वह पंजाबी है, चाहे वह फ्रांसीसी भाषा, कोई भी हो सकती। ठीक है, तो अज की क्लास इतों तक, तो मिलेंगे असी अगली क्लास के विच। वो लाइव क्लास भी हो सकती है, वो वीडियो भी हो सकती है, तो वेट करो। तो जिहड़ी वीडियोज़ तुसी नहीं देखियां वो भी तुसी बैक जाके देखनिया ने, क्योंकि मैंने पता है बच्चे जड़े वो अपने एग्जाम्स के विच बिजी सी, उन्होंने वीडियोज़ नहीं देखिया, मैंने भी उस तो पता चल जाता। तो चलते हैं, फिर हंसते रहो, खेडते रहो, मौजू मारते रहो। सत श्री अकाल।